ਦਿਲ ਦੀ ਗੱਲ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹਰਫ ਚੀਮਾ। ਸੋ ਅੱਜ ਆਪਾਂ ਕਰਾਂਗੇ ਦਿਲ ਦੀ ਗੱਲ, ਕੋਈ ਇੱਧਰ ਉੱਧਰ ਦੀ ਨਹੀਂ, ਦਿਲ ਦੀ ਗੱਲ। ਬਸ ਪਹਿਲੇ ਦਿਨ ਤੋਂ ਯਾਰਾਂ ਦੇ ਯਾਰ ਰਿਹਾ ਜੀ। ਕਿਸੇ ਵੀ ਗਾਣੇ 'ਚ ਤੁਸੀਂ ਦੇਖ ਕੇ ਚੱਲ ਪਓ, ਭਾਵੇਂ ਪੁਰਾਣਾ ਪਾਪੀ ਹੋਵੇ ਅਤੇ ਜਾਂ ਪਿੱਛੇ ਯਾਰੀਆਂ ਗਾਣਾ ਆਇਆ ਸੀਗਾ। ਸੋ ਜਿਹੜੇ ਆਪਣੇ ਯਾਰ ਨੇ ਉਹ ਆਪਣੀ ਜਿੰਦ ਜਾਣ ਰਹੇ ਨੇ ਹਮੇਸ਼ਾ, ਚੰਗੇ ਟਾਈਮ ਮਾੜੇ ਟਾਈਮ ਸਾਰੇ ਯਾਰਾਂ ਨਾਲ ਦੇਖਣੇ, ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਕੁਛ ਹੱਦ ਤੱਕ ਕਰ ਲਵਾਂਗੇ ਜੀ, ਅਤੇ ਕੁਛ ਹੱਦ ਤੱਕ ਨਹੀਂ ਵੀ ਕਰਾਂਗੇ। ਜੇ ਕਹੀਏ ਕਿਸ ਹੱਦ ਤੱਕ ਕਰਾਂਗੇ, ਉਹ ਇਹ ਆ ਵੀ ਜ਼ਿਆਦਾਤਰ ਕੁੜੀਆਂ 'ਚ ਨਹੀਂ ਉੱਠਣਾ ਬੈਠਣਾ ਰਿਹਾ ਕਾਲਜ ਲਾਈਫ ਤੋਂ ਲੈ ਕੇ, ਕਿਉਂਕਿ ਮਕੈਨੀਕਲ ਕੀਤੀ ਆ ਅਤੇ ਮਕੈਨੀਕਲ 'ਚ ਕੁੜੀ ਕੋਈ ਨਹੀਂ ਹੁੰਦੀ, ਸਾਰੇ ਮੁੰਡੇ ਹੀ ਹੁੰਦੇ ਨੇ। ਅਤੇ ਪਰ ਉਦੋਂ ਬਾਅਦ ਇੰਡਸਟਰੀ ਨੇ ਚੱਕਤਾ ਜੀ ਸ਼ਰਮੀ ਲਿਆ ਹੈ, ਕਿਉਂਕਿ ਵੀਡੀਓ ਸ਼ੂਟਸ ਕਰਨੇ ਜਾਂ ਕੁਛ ਵੀ ਕਰਨਾ ਫਿਰ ਉਹਦੇ ਵਿੱਚ ਥੋੜ੍ਹਾ ਜਿਹਾ ਹੋਣਾ ਪੈਂਦਾ ਹੈ। ਹਿਸਾਬ ਕਿਤਾਬ ਤਾਂ ਘੱਟ ਪਤਾ ਜੀ, ਪਰ ਫਿਰ ਵੀ ਕੁਛ ਨਾ ਕੁਛ ਪੁੱਛ ਲਵਾਂਗੇ ਫੋਨ ਕਰਕੇ ਵੀ ਕੀ ਠੀਕ ਲੱਗਦਾ, ਜਾਂ ਕਿਸੇ ਸਿਆਣੇ ਸੱਜਣ ਮਿੱਤਰ ਤੋਂ ਪੁੱਛ ਲਵਾਂਗੇ ਜਿਹਦਾ ਤਜਰਬਾ ਹੋਵੇ। ਹਾਂਜੀ, ਜਸੂਸੀ ਜੇ ਕਰਨੀ ਆ ਕਿਸੇ ਪੰਜਾਬੀ ਆਰਟਿਸਟ ਦੀ ਤਾਂ ਗੁਰਦਾਸ ਮਾਨ ਸਾਹਿਬ ਦੀ ਕਰਾਂਗੇ ਜੀ, ਕਿਉਂਕਿ ਤਿੰਨ ਤਿੰਨ ਚਾਰ ਚਾਰ ਘੰਟੇ ਅੱਜ ਵੀ ਲਾਈਵ ਗਾਉਂਦੇ ਨੇ, ਇੰਨੀ ਉਮਰ ਹੋ ਗਈ ਅਤੇ ਉਹਨਾਂ ਦੀ ਫਿਜ਼ੀਕ ਅੱਜ ਵੀ ਇੰਨੇ ਫਿੱਟ ਨੇ, ਇੰਨਾ ਮਤਲਬ ਸ਼ਿਕਾਜੀ ਉਲਟਾਈਟ ਹੋਣ ਦੇ ਬਾਵਜੂਦ ਵੀ। ਸੋ ਕੋਸ਼ਿਸ਼ ਕਰਾਂਗੇ ਵੀ ਜੇ ਉਹਨਾਂ ਬਾਰੇ ਪਤਾ ਲੱਗ ਸਕੇ ਕਿ ਕੀ ਕਰਦੇ ਨੇ ਅਤੇ ਕਾਹਦੇ ਨਾਲ ਇੱਦਾਂ। ਸ਼ਹਿਰੀ ਬਾਈ ਦੀ ਚੰਗੀ ਗੱਲ ਇਹੀ ਲੱਗਦੀ ਆ ਵੀ ਉਹ ਕਦੇ ਪਿੱਛੇ ਨਹੀਂ ਹਟਦਾ, ਜੇ ਸਪੈਸ਼ਲੀ ਕਿਸੇ ਬੰਦੇ ਨੂੰ ਲੋੜ ਆ ਜਿਹੜਾ ਉਹਦੇ ਨਾਲ ਪੁਰਾਣਾ ਜੁੜਿਆ ਹੋਇਆ, ਅਤੇ ਉਹ ਭਾਵੇਂ ਸਾਡੇ ਪੁਰਾਣੇ ਮਿੱਤਰ ਹੋਣ, ਭਾਵੇਂ ਮੈਂ ਹੋਵਾਂ ਜਾਂ ਕੋਈ ਵੀ, ਜਦੋਂ ਵੀ ਕਿਤੇ ਲੋੜ ਪਈ ਆ, ਮਤਲਬ ਰੁਝੇਵੇਂ ਕਿੰਨੇ ਮਰਜ਼ੀ ਹੋਣ ਬਾਈ, ਭਾਵੇਂ ਕਿਤੇ ਵੀ ਸ਼ੋਅ ਲਾਈ ਜਾਂਦਾ ਹੋਵੇ, ਕਿਤੇ ਵੀ ਬਿਜ਼ੀ ਹੋਵੇ ਜਾਂ ਕੁਛ ਵੀ, ਜੇ ਕੋਈ ਦਿੱਕਤ ਆ ਕਿਸੇ ਸਾਡੇ ਪੁਰਾਣੇ ਬੰਦੇ ਨੂੰ, ਕੋਈ ਵੀ ਬੰਦਾ ਆ ਕੇ ਬਾਈ ਕੋਲ ਕਹਿੰਦਾ ਜਾਂ ਫੋਨ 'ਤੇ ਗੱਲ ਹੁੰਦੀ ਆ ਜਾਂ ਕੁਛ ਵੀ, ਤਾਂ ਉਹ ਕਦੇ ਪਿੱਛੇ ਨਹੀਂ ਹਟਿਆ। ਅਤੇ ਮੇਰੇ ਐਂਡ 'ਤੇ ਵੀ ਇਹੀ ਐਕਸਪੀਰੀਅੰਸ ਰਿਹਾ ਵੀ ਦੋ ਤਿੰਨ ਵਾਰ ਬਾਈ ਦੀ ਲੋੜ ਪਈ ਆ ਮੈਨੂੰ, ਅਤੇ ਕਦੇ ਨਹੀਂ ਪਿੱਛੇ ਹਟਿਆ। ਬਸ ਕੰਮ ਦਾ ਜੀ ਬਸ ਇਹੀ ਆ ਵੀ ਘਰ ਦੇ ਨਾ ਸ਼ਰਮਿੰਦਾ ਹੁਣ ਜਿਹੜੇ ਪ੍ਰੋਫੈਸ਼ਨ 'ਚ ਆਇਆ, ਅਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਬੜੀ ਵਾਰੀ ਹੁੰਦਾ ਵੀ ਆ ਪਿੱਛੇ ਵੀ ਕੋਸ਼ਿਸ਼ ਰਹੀ ਆ ਕਈ ਵਾਰੀ ਵੀ ਕੁਛ ਇੱਦਾਂ ਦਾ ਕਰੀਏ ਵੀਡੀਓ 'ਚ ਜਾਂ ਕੁਛ ਇੱਦਾਂ ਦਾ ਕਰੀਏ ਜਾਂ ਹੋਰ, ਫਿਰ ਅਖੀਰੀ ਗੱਲ ਇੱਥੇ ਆ ਜਾਂਦੀ ਆ, ਮੈਂ ਕਿਹਾ ਸਭ ਕੁਛ ਕਰ ਸਕਦੇ ਹਾਂ ਪਰ ਇਹ ਨਾ ਹੋਵੇ ਵੀ ਮਤਲਬ ਆਪਣੇ ਮਾਤਾ ਜੀ ਵੀ ਉਹ ਨਾ ਦੇਖ ਸਕਣ ਯਾਰ ਵੀ ਇਹੋ ਜਿਹਾ ਕੁਛ ਨਹੀਂ ਕਰਨਾ ਆਪਾਂ ਨੇ ਕਦੇ ਵੀ ਗਾਣੇ 'ਚ ਵੀ, ਜੇ ਕਦੇ ਕੋਈ ਫਿਲਮ ਵੀ ਜਾਂ ਕੁਛ ਵੀ ਇੱਦਾਂ ਦਾ ਕੁਛ ਨਹੀਂ ਕਰਨਾ ਵੀ ਹਾਂ ਉਹਨਾਂ ਨੂੰ ਸ਼ਰਮ ਮਹਿਸੂਸ ਹੋਵੇ, ਕਿਉਂਕਿ ਐਟ ਦੀ ਐਂਡ ਉਹਨਾਂ ਨੇ ਵੀ ਦੇਖਣਾ ਹੀ ਹੁੰਦਾ ਜੀ ਜੋ ਕੁਛ ਕਰਦੇ। ਉਹ ਕੰਮ ਹੁਣ ਕਰੀ ਜਾਂਦੇ ਜੀ, ਪਹਿਲਾਂ ਮੈਂ ਸੋਚਦਾ ਹੁੰਦਾ ਸੀਗਾ ਵੀ ਜਿਵੇਂ ਕਦੇ ਵਿਆਹ ਦੇ ਪ੍ਰੋਗਰਾਮ 'ਤੇ ਚੱਲ ਜਾਣਾ ਜਾਂ ਕੁਛ ਵੀ, ਉੱਥੇ ਫਿਰ ਖਾ ਖੂ ਹੋ ਜਾਂਦਾ ਜ਼ਿਆਦਾ ਜਾਂ ਕੁਛ ਵੀ, ਹੈ ਨਾ, ਅਤੇ ਮੈਨੂੰ ਸਾਰੇ ਕਹਿੰਦੇ ਸੀ ਹੋਰ ਵੀ ਯਾਰ ਰੋਟੀ ਛੱਡ ਦੇ, ਮੈਨੂੰ ਲੱਗਦਾ ਹੁੰਦਾ ਯਾਰ ਵੀ ਰੋਟੀ ਆਪਣੇ ਸ਼ੁਰੂ ਤੋਂ ਹੀ ਇੰਨੀ ਮਤਲਬ ਵੀ ਵਿੱਚ ਬੜੀ ਹੋਈ ਆ, ਰੋਟੀ ਨਹੀਂ ਛੱਡ ਸਕਦੇ, ਕਿਉਂਕਿ ਛੋਟੇ ਹੁੰਦਿਆਂ ਤੋਂ ਲੈ ਕੇ ਪਰੌਂਠੇ ਰੋਟੀ ਬਸ ਆਹੀ ਕੰਮ ਚੱਲੀ ਜਾਂਦਾ ਨਾ ਵੀ ਆਪਾਂ ਨਹੀਂ ਛੱਡ ਸਕਦੇ। ਹੁਣ ਮੈਂ ਪਿਛਲੇ ਕਈ ਦਿਨਾਂ ਤੋਂ ਰੋਟੀ ਛੱਡੀ ਹੋਈ ਆ, ਸੋ ਉਹ ਕੰਮ ਮੈਂ ਕਰ ਲਿਆ। ਪਰ ਗੁੱਸਾ ਜੀ ਜਿਹੜਾ ਕੋਈ ਆਪਦੇ ਨਾਲ ਰਹਿੰਦਾ ਜਿਹੜਾ ਬੰਦਾ, ਜਦੋਂ ਪਤਾ ਲੱਗਦਾ ਵੀ ਇਹ ਬੰਦਾ ਮਤਲਬ ਝੂਠ ਬੋਲ ਰਿਹਾ ਸੀਗਾ ਜਾਂ ਕਿਸੇ ਤਰੀਕੇ ਵੀ ਲਾਈਕ ਮਤਲਬ ਕਿਸੇ ਤਰੀਕੇ ਵੀ ਤੁਹਾਨੂੰ ਚੀਟ ਕਰ ਰਿਹਾ ਸੀ ਜਾਂ ਝੂਠ ਬੋਲ ਰਿਹਾ ਸੀਗਾ, ਉਹ ਤਾਂ ਮੈਨੂੰ ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ, ਉਹ 'ਤੇ ਬਹੁਤ ਗੁੱਸਾ ਹੁੰਦਾ। ਜੁਦਾਈਆਂ 'ਚ ਬੇਵਸਤੂ ਹੋਇਆ ਨਾ ਕਰ, ਗੁਜ਼ਾਰਿਸ਼ ਹੈ ਮੇਰੀ ਤੂੰ ਰੋਇਆ ਨਾ ਕਰ, ਇਹ ਮੁੱਕ ਜਾਣੀ ਦੂਰੀ ਹੋਊ ਰੀਝ ਪੂਰੀ, ਨਹੀਂ ਰਹਿਣੀ ਅਧੂਰੀ ਇਹ ਦਾਸਤਾਂ, ਹੰਝੂ ਏ ਤੇਰੀ ਅੱਖ ਦਾ
छड़े ना मैनू कख दा इकला लख लख दा ना मैथों चल होवे ना कोई गल होवे नी दस की करा फिर मतलब शहरी दी मान लूंगा कहना होर तो घट वी ਮੈਨੂੰ ਜੀ ਮੈਥ ਵਾਲਾ ਮਾਸਟਰ ਬਹੁਤ ਕੁੱਟਦਾ ਹੁੰਦਾ ਸੀਗਾ ਅਤੇ ਉਹ ਇੱਕ ਪਤੰਦਰ ਉਹਨੇ ਉਹ ਲੈ ਲੈਣੀ ਛੱਡੀ ਜੀ ਹੈ ਨਾ ਅਤੇ ਉਹਨੇ ਕੁੱਚਾਂ ਕੁੱਟਣੀਆਂ ਬਹੁਤ ਇੱਥੋਂ ਨਾ ਅਤੇ ਲੱਤਾਂ ਦੇ ਨੀਚੇ ਅਤੇ ਬਹੁਤ ਉਹ ਤੋਂ ਬਹੁਤ ਖਾਧੇ ਨੇ ਕਿਉਂਕਿ ਮੈਥ ਕਿਸੇ ਦਾ ਵੀ ਨਹੀਂ ਪਰਫੈਕਟ ਹੁੰਦਾ ਜੇ ਆਪਾਂ ਗੱਲ ਕਰੀਏ ਸਭ ਤੋਂ ਔਖਾ ਕੰਮ ਜਵਾਕ ਲਈ ਮੇਰੇ ਹਿਸਾਬ ਨਾਲ ਪਿੰਡਾਂ 'ਚ ਅੰਗਰੇਜ਼ੀ ਹੋਊਗੀ ਅਤੇ ਜੇ ਅੰਗਰੇਜ਼ੀ ਹੋ ਵੀ ਜਾਵੇ ਸਿਸਟਮ ਠੀਕ ਕੌਨਵੈਂਟ 'ਚ ਪੜ੍ਹਦੇ ਹਾਂ ਅਤੇ ਫਿਰ ਮੈਥ ਸਭ ਤੋਂ ਜ਼ਿਆਦਾ ਤੰਗ ਕਰਦਾ ਮੈਨੂੰ ਮੇਰੇ ਲਿਖਣ ਦਾ ਬਹੁਤ ਵੱਡਾ ਹੌਸਲਾ ਜੀ ਜਿਹੜੀ ਚੀਜ਼ ਕਰਕੇ ਮੈਂ ਅੱਜ ਆਰਟਿਸਟ ਹਾਂ ਮੈਂ ਸਿੰਗਰ ਹਾਂ ਕਿਉਂਕਿ ਮੇਰੀ ਲਿਖਤ ਹਮੇਸ਼ਾ ਮੇਰੇ ਨਾਲ ਰਹੀ ਹੈ ਮੈਂ ਬਹੁਤ ਛੋਟੇ ਹੁੰਦੇ ਤੋਂ ਲਿਖਦਾ ਕਿਉਂਕਿ ਪਹਿਲਾਂ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੁੰਦਾ ਸੀਗਾ ਅਤੇ ਸਾਡੇ ਸਕੂਲ 'ਚ ਹੁੰਦੇ ਸੀ ਡਾਕਟਰ ਸੁਖਵੰਤ ਕੌਰ ਮੇਰੇ ਪੰਜਾਬੀ ਦੇ ਟੀਚਰ ਉਹਨਾਂ ਨੇ ਪ੍ਰੇਰਿਤ ਕੀਤਾ ਵੀ ਤੂੰ ਲਿਖਿਆ ਕਰ ਸੋ ਸੱਤਵੀਂ ਅੱਠਵੀਂ ਤੋਂ ਹੀ ਲਿਖਣ ਦਾ ਦੌਰ ਚੱਲ ਪਿਆ ਕਵਿਤਾ ਗਜ਼ਲ ਨਜ਼ਮ ਹਰੇਕ ਫੋਰਮ ਦੇ ਵਿੱਚ ਲਿਖਿਆ ਅਤੇ ਕਿਤਾਬ ਵੀ ਇੱਕ ਮੈਂ ਲਿਖੀ ਜਾਂਦਾ ਅਤੇ ਆਲਮੋਸਟ ਪੂਰੀ ਹੋ ਗਈ ਸੋ ਲਿਖਣਾ ਮੈਨੂੰ ਲੱਗਦਾ ਵੀ ਮੇਰੇ ਹਮੇਸ਼ਾ ਨਾਲ ਰਿਹਾ ਅਤੇ ਨਾਲ ਰਹੂਗਾ ਜਿਵੇਂ ਆਪਾਂ ਪੁਰਾਣੀਆਂ ਕਹਾਣੀਆਂ ਸੁਣਦੇ ਹਾਂ ਜੀ ਅਲਾਦੀਨ ਦਾ ਚਿਰਾਗ ਹੈ ਨਾ ਵੀ ਉਹ ਵਿੱਚੋਂ ਨਿਕਲਦਾ ਉਹ ਕਹਿੰਦਾ ਵੀ ਮੰਗ ਕੀ ਮੰਗਣਾ ਨਾ ਉਹ ਗੱਲ ਹੋ ਗਈ ਅਤੇ ਮੈਂ ਕੁਛ ਇੱਦਾਂ ਦਾ ਕੋਈ ਵੀ ਘੜੀ ਲਾ ਲਓ ਜਾਂ ਵਾਚ ਲਾ ਲਓ ਜਿਹੜੀ ਮੈਨੂੰ ਉਸ ਥਾਂ 'ਤੇ ਪਹੁੰਚਾ ਦਿਆ ਕਰੇ ਜਿੱਥੇ ਮੈਂ ਸੋਚਿਆ ਕਰਾਂ ਕਿਉਂਕਿ ਜਿੱਦਾਂ ਯੂਰਪ ਦੇ ਵਿੱਚ ਬਹੁਤ ਵਧੀਆ ਪੀਸਫੁੱਲ ਪਲੇਸਿਸ ਨੇ ਨਾ ਜਿੱਥੇ ਬਹਿ ਕੇ ਮਤਲਬ ਜਿੱਥੇ ਘੁੰਮਣਾ ਵਧੀਆ ਲੱਗਦਾ ਮੋਸਟਲੀ ਮੈਨੂੰ ਹੁੰਦਾ ਵੀ ਯਾਰ ਕਿਤਾਬਾਂ ਜੀਆਂ ਹੋਣ ਕੋਲ ਅਤੇ ਇਕੱਲੇ ਕੌਫੀ ਕੂਫੀ ਪੀ ਜਾਈਏ ਪੜ੍ਹੀ ਜਾਈਏ ਨਾ ਅਤੇ ਬਸ ਮਿੰਟ 'ਚ ਮੈਨੂੰ ਉੱਥੇ ਪਹੁੰਚਾ ਦਿਆ ਕਰੇ ਅਤੇ ਜਦੋਂ ਇੱਧਰੋਂ ਕੋਈ ਪ੍ਰੋਗਰਾਮ ਦੀ ਸਾਈ ਇਹੋ ਜਿਹਾ ਕੁਛ ਆਵੇ ਅਤੇ ਮਿੰਟ 'ਚ ਇੱਧਰ ਵਾਪਸ ਇਹੋ ਜਿਹਾ ਕੁਛ ਨਹੀਂ ਘਰਦਿਆਂ ਲਈ ਜੀ ਜਿਵੇਂ ਸਾਡੇ ਘਰ ਦੇ ਇੱਕ ਪੇਂਡੂ ਪਰਿਵਾਰ ਤੋਂ ਮਤਲਬ ਉਹ ਰੱਖਦੇ ਨੇ ਨਾ ਅਤੇ ਬਸ ਇਹੀ ਆ ਮੂਮੈਂਟ ਵੀ ਉਹਨਾਂ ਨੂੰ ਜਦੋਂ ਕਦੇ ਮੇਰਾ ਬਹੁਤ ਜ਼ਿਆਦਾ ਸਕਸੈਸਫੁੱਲ ਹੋਵਾਂ ਜ਼ਿੰਦਗੀ ਦੇ ਵਿੱਚ ਅਤੇ ਪੀਕ ਹੋਵੇ ਸਕਸੈਸ ਦੀ ਅਤੇ ਉਦੋਂ ਮੇਰੇ ਮਾਤਾ ਜੀ ਮੇਰੇ ਨਾਲ ਹੋਣ ਅਤੇ ਜਿਹੜਾ ਮੇਰਾ ਮਤਲਬ ਸਾਰੇ ਕੁਛ ਦਾ ਕ੍ਰੈਡਿਟ ਮੈਂ ਉਹਨਾਂ ਨੂੰ ਦੇਣਾ ਚਾਹੁੰਦਾ ਉਹ ਇੱਕ ਮੂਮੈਂਟ ਮੈਨੂੰ ਮਿਲੇ ਜ਼ਿੰਦਗੀ ਦੇ ਵਿੱਚ ਅਗਲੇ ਗਾਣੇ ਵੀ ਹੁਣ ਹੋਪਫੁਲੀ ਅਗਲੇ ਮਹੀਨੇ ਇੱਕ ਗਾਣਾ ਅਸੀਂ ਹੋਰ ਲੈ ਕੇ ਆਵਾਂਗੇ ਉਹ ਵੀ ਬਾਹਰ ਸ਼ੂਟ ਕੀਤਾ ਦੀਪ ਵਿਰਣੀ ਮਿਊਜ਼ਿਕ ਕੀਤਾ ਅਤੇ ਉਸ ਤੋਂ ਬਾਅਦ ਫਿਰ ਕਾਫੀ ਸਰਪ੍ਰਾਈਜ਼ ਨੇ ਤਿੰਨ ਚਾਰ ਗਾਣੇ ਰੈਡੀ ਹੋ ਗਏ ਅਤੇ ਜਿਵੇਂ ਮੇਰੀ ਕੰਪਲੇਂਟ ਇਹੀ ਹੁੰਦੀ ਆ ਸਾਰੇ ਮੈਨੂੰ ਫੈਨਸ ਇਹੀ ਕਹਿੰਦੇ ਨੇ ਵੀ ਇਹ ਬੰਦਾ ਲੇਟ ਬਹੁਤ ਆ ਕਿਉਂਕਿ ਮੈਨੂੰ ਹੁੰਦਾ ਯਾਰ ਕਿ ਥੋੜ੍ਹਾ ਜਿਹਾ ਜ਼ਿੰਦਗੀ ਜਿਉਣੀ ਪਰ ਹੁਣ ਨਹੀਂ ਕੰਮ ਹੀ ਕਰਨਾ ਆਪਾਂ ਨੇ ਹੁਣ ਮਾੜਾ ਜਿਹਾ ਕੰਮ ਕਨੀ ਹੋਇਆ ਅਤੇ ਛੇਤੀ ਹੁਣ ਬਹੁਤ ਵਧੀਆ ਵਧੀਆ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਤੁਹਾਡੇ ਲਈ ਆ ਦੇਵਾਂਗਾ ਮਿੰਟਾਂ ਵਿੱਚ ਚੁੱਪ ਮਾਲਕ ਕਰਾ ਦੇਵੇ ਹੋ ਕੇ ਜੋ ਕਾਤ ਵਿੱਚੋਂ ਬਾਹਰ ਬੋਲਦਾ ਲੰਘੀਏ ਨਾ ਉਹਦੇ ਕੋਲੋਂ ਕਦੇ ਭੁੱਲ ਕੇ ਲੋੜੋਂ ਵੱਧ ਮਿੱਠਾ ਜਿਹੜਾ ਯਾਰ ਬੋਲਦਾ ਪੜਿਆ ਨਹੀਂ ਭਾਵੇਂ ਅਖਬਾਰ ਉੱਠ ਕੇ ਨਾਮ ਸਾਡੇ ਤਾਂ ਵੀ ਖਬਰਾਂ 'ਚ ਰਹਿੰਦੇ ਨੇ ਅੱਧੇ ਬੋਲੇ ਉੱਤੇ ਉੱਠ ਪੈਂਦਾ ਤੁਰਨਾ ਯਾਰਾਂ ਦਾ ਯਾਰ ਲੋਕੀ ਤਾਂ ਕਹਿੰਦੇ ਨੇ ਯਾਰੀ ਨਹੀਂ ਲਾਈ ਦੀ ਔਕਾਤ ਵੇਖ ਕੇ ਫੋਨ ਨਹੀਂ ਚੱਕੀ ਦਾ ਦਿਨ ਰਾਤ ਵੇਖ ਕੇ ਨਾਈਨ ਐਕਸਟੈਸ਼ਨ ਦਾ ਬਹੁਤ ਵੱਡਾ ਯੋਗਦਾਨ ਆ ਜੀ ਕਿਉਂਕਿ ਜਿਹੜਾ ਯੰਗ ਟੈਲੈਂਟ ਆ ਜਿਹੜਾ ਆਪਾਂ ਕਹਿ ਦਿੰਦੇ ਹਾਂ ਵੀ ਯਾਰ ਫਲਾਣਾ ਬੰਦਾ ਘਰੇ ਬਹਿ ਕੇ ਕਹਿ ਦਿੰਦੇ ਬਹੁਤ ਵਧੀਆ ਗਾਉਂਦਾ ਅਤੇ ਪਹਿਲਾਂ ਵੀ ਹੁਣ ਵੀ ਇੱਕ ਚੀਜ਼ ਦਾ ਕ੍ਰੈਡਿਟ ਜਾਂਦਾ ਵੀ ਹਮੇਸ਼ਾ ਚੰਗੇ ਟੈਲੈਂਟ ਨੂੰ ਮਤਲਬ ਪਰਖਦੇ ਨੇ ਅਤੇ ਕਦਰ ਕਰਦੇ ਨੇ ਉਹਦੀ ਸਪੋਰਟ ਕਰਦੇ ਨੇ ਜਿਹੜੇ ਸਾਡੇ ਵੀ ਚੰਗੇ ਗਾਣੇ ਹੁੰਦੇ ਨੇ ਉਹਨਾਂ ਨੂੰ ਸਪੋਰਟ ਕਰਦੇ ਨੇ ਜੇ ਕੋਈ ਨਹੀਂ ਅਪ ਟੂ ਮਾਰਕ ਗਾਣਾ ਹੁੰਦਾ ਤਾਂ ਕਹਿ ਦਿੱਤਾ ਜਾਂਦਾ ਵੀ ਭਾਈ ਇਹ ਗਾਣਾ ਤੇਰਾ ਨਹੀਂ ਵੀ ਅਸੀਂ ਦੱਸੋ ਕੁਛ ਵਧੀਆ ਐਕਸਪੈਕਟ ਕਰਦੇ ਹਾਂ ਜਿਹੜੀ ਟੀਮ ਆ ਯੰਗ ਟੀਮ ਆ ਸੋ
ਬਹੁਤ ਵਧੀਆ ਲੱਗਦਾ ਆਫਿਸ ਵਿਜ਼ਿਟ ਕਰਕੇ ਬਹੁਤ ਵਧੀਆ ਲੱਗਦਾ ਅਤੇ ਸਲਾਹ ਲੈ ਕੇ ਗੱਲਾਂ ਕਰਕੇ ਸਾਰੀ ਟੀਮ ਨਾਲ ਬਹੁਤ ਵਧੀਆ ਲੱਗਦਾ ਲਓ ਜੀ ਹੁਣ ਆਪਾਂ ਚੱਲੇ ਅਤੇ ਜਿੰਨੀਆਂ ਕੀਤੀਆਂ ਨੇ ਦਿਲੋਂ ਕੀਤੀਆਂ ਨੇ ਉਮੀਦ ਕਰਦਾ ਸੁਣੋਗੇ ਪਸੰਦ ਕਰੋਗੇ ਤੁਸੀਂ ਦੇਖਦੇ ਰਹੋ 9X ਟਸ਼ਨ ਟਸ਼ਨ ਯਾਰ ਦਿਲ ਦੀ ਗੱਲ